ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡੇ ਨਾਲ ਇੰਦਰਜੀਤ ਕੌਰ। ਕੀ ਤੁਸੀਂ ਵੀ ਆਪਣੇ ਕਰੀਅਰ ਨੂੰ ਲੈ ਕੇ ਕਾਫੀ ਕੌਨਸ਼ੀਅਸ ਹੋ ਅਤੇ ਕਨਫਿਊਜ਼ ਵੀ ਹੋ ਨਾਲ ਨਾਲ? ਤਾਂ ਇਹ ਥੋੜ੍ਹੀ ਜਿਹੀ ਕਨਫਿਊਜ਼ਨ ਤੁਹਾਡੀ ਅਸੀਂ ਅੱਜ ਦੂਰ ਕਰ ਦਿੰਦੇ ਹਾਂ, ਤਾਂ ਕਿਉਂਕਿ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕਰੀਅਰ ਕਾਉਂਸਲਰ ਰੂਹੀ ਢੀਂਗਰਾ, ਜੋ ਕਿ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਹੋ ਸਕਦਾ ਹੈ ਕਿ ਦੇ ਦੇਣ। ਜੇ ਨਹੀਂ ਦਿੱਤੇ ਤਾਂ ਤੁਸੀਂ ਆਪਣੇ ਸਵਾਲ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਰੂਹੀ ਜੀ, ਮੇਰਾ ਪਹਿਲਾ ਸਵਾਲ ਤੁਹਾਡੇ ਤੋਂ ਇਹ ਹੈ ਕਿ ਜਦੋਂ 12ਵੀਂ ਤੋਂ ਬਾਅਦ ਅਸੀਂ ਪਾਸ ਆਊਟ ਹੁੰਦੇ ਹਾਂ, ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਅੱਗੇ ਕੀ ਪਰਸਿਊ ਕਰਨਾ ਹੈ, ਕਿਹੜਾ ਆਪਸ਼ਨ ਸਾਡੇ ਲਈ ਵਧੀਆ, ਜਿਹਦੇ ਨਾਲ ਸਾਡੀ ਨੌਕਰੀ ਜਿਹੜੀ ਉਹ ਪੱਕੀ ਹੋ ਜਾਏ। ਬੱਚਿਆਂ ਨੂੰ ਪਹਿਲੇ ਤਾਂ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ ਕਿ ਕਿਹੜੀਆਂ ਆਪਸ਼ਨਸ ਉਹਨਾਂ ਦੇ ਅੱਗੇ ਹੈ ਨੇ ਜਿਨ੍ਹਾਂ ਨੂੰ ਓਪਟ ਕਰ ਸਕਦੇ ਨੇ। ਅਤੇ ਅਗਰ ਉਹ ਲਿਮਿਟਿਡ ਇਨਫੋਰਮੇਸ਼ਨ ਦੇ ਵਿੱਚ ਰਹਿਣਗੇ ਤਾਂ ਲਿਮਿਟਿਡ ਪ੍ਰੋਗਰਾਮਸ ਦੀ ਜਾਣਕਾਰੀ ਨਾਲ ਉਹਨਾਂ ਕੀ ਆਪਣਾ ਅੱਗੇ ਰੁੱਖ ਕਰ ਸਕਦੇ ਨੇ। ਅਤੇ ਜੇ ਉਹਨਾਂ ਦੇ ਕੋਲ ਪੂਰਾ ਇੱਕ ਇਨਫੋਰਮੇਸ਼ਨ ਹੈ ਕਿ ਉਹਨਾਂ ਨੂੰ ਕਿਹੜੇ ਪਾਸੇ ਅੱਗੇ ਜਾਣਾ ਚਾਹੀਦਾ ਹੈ, ਕਿਹੜੇ ਪ੍ਰੋਗਰਾਮਸ ਅਵੇਲੇਬਲ ਨੇ, ਕਿਹੜੇ ਪ੍ਰੋਗਰਾਮ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਨੌਕਰੀਆਂ ਉਹ ਕਰ ਸਕਦੇ ਨੇ, ਤਾਂ ਮੈਨੂੰ ਇਹ ਲੱਗਦਾ ਕਿ ਆਪਣੀ ਸਟਰੈਂਥਸ ਨੂੰ ਅੰਡਰਸਟੈਂਡ ਕਰਕੇ ਆਪਣੇ ਅੰਦਰ ਇੱਕ ਸਮਝ ਕੇ ਕਿ ਉਹਨਾਂ ਦੇ ਵਾਸਤੇ ਕਿਹੜਾ ਕੋਰਸ ਜਿਹੜਾ ਹੈ ਉਹਨਾਂ ਦੇ ਰੁਝਾਵ ਦੇ ਨਾਲ ਉਹ ਮੈਚ ਕਰ ਰਿਹਾ ਹੈ, ਉਹਦੇ ਅਕੋਰਡਿੰਗਲੀ ਉਹ ਆਪਣਾ ਪ੍ਰੋਗਰਾਮ ਸਿਲੈਕਟ ਕਰਨ ਅਤੇ ਆਪਣਾ ਕਰੀਅਰ ਅੱਗੇ ਅੱਛਾ ਲੈ ਕੇ ਜਾ ਸਕਦੇ। ਕਨਫਿਊਜ਼ਨ ਇਹ ਵੀ ਹੋ ਜਾਂਦੀ ਹੈ ਕਿ ਕਿਹੜਾ ਕਾਲਜ ਵਧੀਆ ਹੈ, ਕਿਹੜੀ ਯੂਨੀਵਰਸਿਟੀ ਵਧੀਆ, ਤਾਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਪੇਰੈਂਟਸ ਹੋਣ ਚਾਹੇ ਜਾਂ ਫਿਰ ਕੋਈ ਸਟੂਡੈਂਟ ਹੋਵੇ। ਬਿਲਕੁਲ, ਬਹੁਤ ਵਧੀਆ ਸਵਾਲ ਹੈ ਇੰਦਰਜੀਤ। ਕਾਲਜ ਔਰ ਯੂਨੀਵਰਸਿਟੀਜ਼ ਨੂੰ ਸਿਲੈਕਟ ਕਰਨ ਵਾਸਤੇ ਅੱਜ ਕੱਲ੍ਹ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਮਸ਼ਰੂਮਡ ਯੂਨੀਵਰਸਿਟੀਜ਼ ਜਾਂ ਕਾਲਜਿਸ ਨੇ ਜਿਹੜੇ ਕਿ ਫੇਕ ਵੀ ਨੇ, ਯਾਨੀ ਕਿ ਉਹ ਵੈਲਿਡ ਨਹੀਂ ਨੇ। ਅਤੇ ਮੈਂ ਪਹਿਲੇ ਤਾਂ ਇਹ ਕਹਿਣਾ ਚਾਹਾਂਗੀ ਪੇਰੈਂਟਸ ਨੂੰ ਔਰ ਬੱਚਿਆਂ ਨੂੰ ਕਿ ਥੋੜ੍ਹਾ ਆਪਣੇ ਆਪ ਨੂੰ ਅਵੇਅਰ ਕਰੋ ਇਸ ਜਾਣਕਾਰੀ ਨਾਲ ਕਿ ਸਾਨੂੰ ਕਿਹੜੇ ਕੁਛ ਪੁਆਇੰਟਸ ਨੇ ਜਿਨ੍ਹਾਂ ਨੂੰ ਧਿਆਨ 'ਚ ਰੱਖਣਾ ਚਾਹੀਦਾ, ਜਿਹਦੇ ਨਾਲ ਅਸੀਂ ਕਿ ਫੇਕ ਯੂਨੀਵਰਸਿਟੀਜ਼ ਦੇ ਹੱਥ ਨਹੀਂ ਆਈਏ। ਸੋ ਪਹਿਲਾਂ ਮੈਂ ਇਹ ਬੋਲਾਂਗੀ ਕਿ ਸਾਡੇ ਇੰਡੀਆ ਦੇ ਅੰਦਰ ਇੱਕ ਜਿਹੜੀ UGC ਬੋਡੀ ਹੈ, ਇਹ ਸਾਡੇ ਕਾਲਜਸ ਨੂੰ ਜਾਂ ਯੂਨੀਵਰਸਿਟੀਜ਼ ਨੂੰ, UGC ਗ੍ਰਾਂਟ ਕਮਿਸ਼ਨ ਜਿਹਨੂੰ ਕਹਿੰਦੇ ਨੇ, ਇਹ ਉਹਨਾਂ ਨੂੰ ਇੱਕ ਲਾਇਸੈਂਸਡ ਕਰ ਦਿੰਦੀ ਹੈ ਟੂ ਪ੍ਰੋਵਾਈਡ ਦੀ ਐਜੂਕੇਸ਼ਨ, ਕਿ ਬੱਚਿਆਂ ਨੂੰ ਰਾਈਟ ਐਜੂਕੇਸ਼ਨ ਦੇਣ ਵਾਸਤੇ। ਸੋ ਉਹਨਾਂ ਯੂਨੀਵਰਸਿਟੀਜ਼ ਦੇ ਵਿੱਚ ਇਨਰੋਲ ਕੀਤਾ ਜਾਏ ਜਿਹੜੀਆਂ ਕਿ UGC ਦੇ ਅੰਡਰ ਆਉਂਦੀਆਂ ਨੇ। ਅਤੇ UGC ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਉਹ ਵੀ ਦੇਖ ਸਕਦੇ ਹੋ ਕਿ ਫੇਕ ਯੂਨੀਵਰਸਿਟੀਜ਼ ਕਿਹੜੀਆਂ ਨੇ, ਅਤੇ ਅਵੋਇਡ ਕਰਿਓ ਕਿ ਤੁਸੀਂ ਉਹਨਾਂ ਦੇ ਵਿੱਚ ਐਡਮਿਸ਼ਨ ਲਓ ਜਿਹੜੀ ਕਿ ਫੇਕ ਯੂਨੀਵਰਸਿਟੀ ਦੇ ਲਿਸਟਡ ਨੇ। ਦੂਸਰਾ, ਸਾਡੇ ਜਿਹੜੇ ਟੈਕਨੀਕਲ ਕੋਰਸਿਸ ਹੁੰਦੇ ਨੇ, ਜਿਵੇਂ ਕਿ ਅਸੀਂ ਆਪਣੀ ਇੰਜੀਨੀਅਰਿੰਗ ਦੀ ਗੱਲ ਕਰਦੇ ਹਾਂ, ਅਤੇ ਇੰਜੀਨੀਅਰਿੰਗ ਵਾਸਤੇ ਟੈਕਨੀਕਲ ਕੋਰਸਿਸ ਵਾਸਤੇ ਸਾਡੇ ਇੰਡੀਆ ਦੇ ਵਿੱਚ AICTE ਕਰਕੇ ਇੱਕ ਬੋਡੀ ਹੈ, ਜਿਹੜੇ ਕਿ ਉਹਨਾਂ ਦੇ ਲੈਬਸ ਨੂੰ, ਉਹਨਾਂ ਦੇ ਟੈਕਨੀਸ਼ੀਅਨਸ ਨੂੰ, ਉਹਨਾਂ ਦੀ ਟੈਕਨੀਕੈਲਿਟੀਜ਼ ਨੂੰ ਔਰ ਕਰੀਕੁਲਮਸ ਨੂੰ ਰੈਕੋਗਨਾਈਜ਼ ਕਰਦੀਆਂ ਨੇ, ਉਹਨਾਂ ਨੂੰ ਵੈਲੀਡੇਟ ਕਰਦੀਆਂ ਨੇ। ਔਰ ਬਾਕੀ ਹੋਰ ਵੀ ਬੜੇ ਸਾਰੇ ਐਕਰੀਡੇਸ਼ਨਸ ਨੇ ਸਾਡੇ ਕੁਆਲਿਟੀ ਆਫ ਐਜੂਕੇਸ਼ਨ ਨੂੰ ਮੈਪ ਕਰਨ ਵਾਸਤੇ ਇੰਡੀਆ ਵਿੱਚ, ਜਿਵੇਂ ਕਿ ਸਾਡੇ AIU ਹੈ, ਯਾਨੀ ਕਿ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਇੰਡੀਅਨ ਯੂਨੀਵਰਸਿਟੀਜ਼ ਹੈ। ਇਹ ਤੁਹਾਡਾ ਦੇਖਦੀ ਹੈ ਕਿ ਸਾਡੇ ਜਿਹੜੀ ਡਿਗਰੀ ਹੈ ਇੰਡੀਆ ਦੀ, ਇਸ ਯੂਨੀਵਰਸਿਟੀ ਦੀ, ਇਸ ਪ੍ਰੋਗਰਾਮ ਦੀ, ਬਾਹਰ ਦੇ ਅਗਰ ਕੋਈ ਪ੍ਰੋਗਰਾਮ ਦੇ ਨਾਲ ਮੈਪ ਕਰੀਏ ਤਾਂ ਉਹ ਕਿਹੜੇ ਦਾਇਰੇ ਦੇ ਵਿੱਚ ਆਉਂਦੀ ਹੈ। ਸੋ AIU ਐਕਰੀਡੇਟਿਡ ਹੈ ਯੂਨੀਵਰਸਿਟੀ ਕਿ ਨਹੀਂ ਹੈ? NAC ਐਕਰੀਡੇਸ਼ਨ ਇੱਕ ਬਹੁਤ ਇੰਪੋਰਟੈਂਟ ਐਕਰੀਡੇਸ਼ਨ ਹੈ, ਜਿਹੜੀ ਕਿ ਕੁਆਲਿਟੀ ਆਫ ਐਜੂਕੇਸ਼ਨ ਨੂੰ ਔਰ ਹੋਲਿਸਟਿਕਲੀ ਅਸੀਂ ਜਿਹੜੀ ਕਹੀਏ ਕਿ ਉਹਨਾਂ ਦੀ ਯੂਨੀਵਰਸਿਟੀਜ਼ ਦੀ ਇਨਫਰਾਸਟਰਕਚਰ, ਫੈਕਲਟੀ, ਸਭ ਨੂੰ ਇੱਕ ਕੁਆਲਿਟੀ ਦੇ ਉੱਤੇ ਮੈਪ ਕਰਦੇ, ਬੈਂਚਮਾਰਕ ਰੱਖਦੇ ਹੋਏ ਦੇਖਦੀ ਹੈ। ਇਹ ਸਾਨੂੰ ਪਤਾ ਲੱਗ ਗਿਆ ਹੁਣ ਕਿ ਕਿਹੜੀ ਯੂਨੀਵਰਸਿਟੀ ਜਾਣਾ ਹੈ, ਪਰ ਇਸ ਦੇ ਨਾਲ ਹੀ ਸਾਨੂੰ ਇਹ ਵੀ ਧਿਆਨ ਰੱਖਣਾ ਚਾਹੀਦਾ ਕਿ ਕਾਰਪੋਰੇਟ ਰਿਕੁਆਇਰਮੈਂਟਸ ਪੂਰੀਆਂ ਹੁੰਦੀਆਂ ਕਿ ਨਹੀਂ ਹੁੰਦੀਆਂ, ਤਾਂ ਉਹ ਰਿਕੁਆਇਰਮੈਂਟਸ ਕੀ ਹੁੰਦੀਆਂ ਨੇ। ਟੈਕਨੀਕਲ ਨੌਲੇਜ ਦੇ ਨਾਲ ਨਾਲ ਅੱਜ ਦੀ ਤਾਰੀਖ ਵਿੱਚ ਜਿਹੜੀਆਂ ਕੰਪਨੀਜ਼ ਨੇ ਉਹ ਇਹ ਦੇਖਦੀਆਂ ਨੇ ਕਿ ਬੱਚੇ ਦੇ ਅੰਦਰ ਉਹਦੀ ਪਰਸਨੈਲਿਟੀ ਕਿਸ ਤਰ੍ਹਾਂ ਦੀ ਡਿਵੈਲਪਡ ਹੈ,
ਤਾਂ ਤੁਹਾਨੂੰ ਜਿੱਥੇ ਵੀ ਤੁਸੀਂ ਐਡਮਿਸ਼ਨ ਲਿਓ, ਮਤਲਬ ਆਪਣਾ ਯੂਨੀਵਰਸਿਟੀ ਵਿੱਚ ਜਾਂ ਕਾਲਜ ਵਿੱਚ, ਉੱਥੇ ਇਹ ਵੀ ਦੇਖੋ ਕਿ ਤੁਹਾਡੀ ਪਰਸਨੈਲਿਟੀ ਕਿਸ ਤਰੀਕੇ ਦੇ ਨਾਲ ਉਹ ਆਪਣਾ ਗਰੂਮ ਕਰਦੇ ਨੇ, ਜਿੱਥੇ ਤੁਹਾਡਾ ਕੌਨਫੀਡੈਂਸ ਵਧੇ, ਜਿੱਥੇ ਤੁਹਾਨੂੰ ਬੋਲਣਾ ਸਿਖਾਇਆ ਜਾਏ, ਸਿਰਫ ਆਪਣੀ ਪੜ੍ਹਾਈ ਦੇ ਉੱਤੇ ਟੈਕਨੀਕਲ ਕਿਤਾਬਾਂ ਦੇ ਉੱਤੇ ਨਹੀਂ ਛੋੜਿਆ ਜਾਏ, ਅਤੇ ਤੁਹਾਨੂੰ ਯੂਨੋ ਕਮਿਊਨੀਕੇਸ਼ਨ ਸਕਿੱਲਸ ਦੇ ਉੱਤੇ, ਇੰਗਲਿਸ਼ ਬੋਲਣਾ, ਕੌਨਫੀਡੈਂਸ ਬਿਲਡਿੰਗ, ਟੀਮ ਵਿੱਚ ਰਹਿ ਕੇ ਕੰਮ ਕਰਨਾ, ਗਰੁੱਪ ਵਿੱਚ ਕਿਸ ਤਰ੍ਹਾਂ ਆਪਣਾ ਬਿਹੇਵੀਅਰ ਮੈਨੇਜ ਕਰਨਾ, ਤਾਂ ਤੁਹਾਡੀ ਹੋਰ ਵੀ ਜਿਹੜੀਆਂ ਕੰਪੀਟੀਟਿਵ ਸਕਿੱਲਸ ਨੇ ਉਹਨਾਂ ਨੂੰ ਇੰਪਰੂਵ ਕਰਨਾ, ਟੀਮ ਮੈਨੇਜਮੈਂਟ ਕਰਨਾ, ਇਸ ਤਰ੍ਹਾਂ ਦੀਆਂ ਕੁਆਲਿਟੀਜ਼ ਤੁਹਾਨੂੰ ਜਿਹੜਾ ਸਿਖਾਇਆ ਜਾਣ, ਉਹ ਤੁਹਾਡੀ ਜਿਹੜੀ ਕਾਰਪੋਰੇਟ ਹੈ ਉਹ ਇਸ ਤਰ੍ਹਾਂ ਦਾ ਕੈਂਡੀਡੇਟ ਲੱਭਦੀ ਹੈ, ਉਹ ਕਹਿੰਦੀ ਹੈ ਜੀ ਸਾਨੂੰ ਸਮਾਰਟ ਕੈਂਡੀਡੇਟ ਅੱਜ ਦੀ ਤਾਰੀਖ ਵਿੱਚ ਚਾਹੀਦਾ, ਜਿੱਥੇ ਗੱਲ ਆਉਂਦੀ ਹੈ ਉਹਨਾਂ ਨੂੰ ਟੈਕਨੀਕਲੀ ਜਾਂ ਪ੍ਰੋਡਕਟ ਨੌਲੇਜ ਦੀ, ਉਹ ਕਹਿੰਦੇ ਕਿ ਉਹ ਤਾਂ ਅਸੀਂ ਵੀ ਦੇ ਦਾਂਗੇ। ਇਹ ਸਾਰੀਆਂ ਸਕਿੱਲਸ ਤੁਹਾਨੂੰ ਜਿਹੜੀ ਵੀ ਯੂਨੀਵਰਸਿਟੀ 'ਚ ਜਾਂ ਕਾਲਜ ਮਿਲਦੀਆਂ ਨੇ, ਇਸ ਦੀ ਤੁਸੀਂ ਪੂਰੀ ਰਿਸਰਚ ਕਰ ਲਓ, ਤਾਂ ਇਹ ਕੁਝ ਟਿਪਸ ਉਮੀਦ ਕਰਦੇ ਹਾਂ ਤੁਹਾਡੇ ਕੰਮ ਆਉਣਗੇ, ਅਤੇ ਅਗਲੇ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਕੁਝ ਹੋਰ ਟਿਪਸ ਦੱਸਾਂਗੇ, ਕੁਝ ਹੋਰ ਸਪੈਸੀਫਿਕ ਜਿਹੜੇ ਸਾਡੇ ਕਰੀਅਰ ਆਪਸ਼ਨਸ ਨੇ ਅਵੇਲੇਬਲ ਹੈਗੇ ਨੇ ਉਸ ਦੀ ਵੀ ਗੱਲ ਕਰਾਂਗੇ। ਫਿਲਹਾਲ ਦੇ ਲਈ ਧੰਨਵਾਦ।